ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਬਲਦੇਵ ਸਿੰਘ ਪਠਲਾਵੇ ਵਾਲਾ ਸੀ ਉਹ NRI ਨਹੀਂ ਸੀ, ਉਹ ਇੱਕ ਟੂਰਿਸਟ ਵੀਜ਼ੇ ਤੇ ਜਾ ਕੇ ਉੱਥੇ ਜਾ ਕੇ ਰੂਟੀਨ ਦੇ ਵਿੱਚ ਜਿੱਦਾਂ ਆਪਾਂ ਜਾਂਦੇ ਹਾਂ ਡਾਲਰ ਕਮਾਉਣ ਲਈ। ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ NRI ਭਰਾ ਉਹ ਭਰਾ ਹੈ ਜਿਹੜੇ ਪਿਛਲੇ 70 ਸਾਲ ਤੋਂ ਲਗਾਤਾਰ 16-16 18-18 ਘੰਟੇ ਹੱਡ ਤੋੜ ਵੀ ਮਿਹਨਤ ਕਰਦੇ ਆ। ਉਹ ਵਾਰ ਵਾਰ ਆਪਣੇ ਸੋਸ਼ਲ ਮੀਡੀਆ 'ਤੇ ਵੀ ਬੇਨਤੀ ਕਰਦਾ ਹੁੰਦਾ ਕਿ NRI ਦੇ ਡਾਲਰ ਸਾਰਿਆਂ ਨੂੰ ਚੰਗੇ ਲੱਗਦੇ ਆ ਪਰ NRI ਕਿਸੇ ਨੂੰ ਚੰਗੇ ਨਹੀਂ ਲੱਗਦੇ। ਸੱਜਣ ਧਰਮਸੋਤ ਜੀ ਦਾ ਇੱਕ ਬਿਆਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ NRI ਲੋਕਾਂ ਦੇ ਪਾਸਪੋਰਟ ਕੈਂਸਲ ਕੀਤੇ ਜਾਣੇ ਆ। ਇਸ਼ੂ ਕਰਨ ਦੀ ਅਥਾਰਟੀ ਹੈ ਨਾ ਤਾਂ ਪੰਜਾਬ ਕੋਲ ਆ ਨਾ ਹੀ ਕੇਂਦਰ ਕੋਲ ਆ। ਜਿਹੜੇ NRI ਹੈ ਉਹ ਜਾਂ ਕੈਨੇਡਾ ਦੇ ਅਮਰੀਕਾ ਦੇ ਇਹ ਉਹਨਾਂ ਦੇ ਦੇਸ਼ਾਂ ਦਾ ਫੈਸਲਾ ਆ। ਉਹ ਤੁਸੀਂ ਜਾਣ ਕੇ ਹੈਰਾਨ ਵੀ ਹੋ ਕਿ ਅੱਜ ਵੀ ਉਹਨਾਂ ਦੇਸ਼ਾਂ ਦੇ ਲੋਕ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਇੱਥੋਂ ਜਹਾਜ਼ ਭੇਜ ਰਹੇ ਆ ਅਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕਰ ਰਹੇ ਆ। ਲੋਕ NRI ਨੂੰ ਭੰਡ ਰਹੇ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਉਹ ਬਗੈਰਤ ਲੋਕ ਆ ਜੋ ਇੱਕ ਉਹਨਾਂ ਤੋਂ ਮਦਦ ਲੈ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੰਜਾਬ ਨੂੰ ਵਧੀਆ ਕਰਕੇ ਪਿੰਡਾਂ ਨੂੰ ਵਧੀਆ ਕਰਕੇ ਅੱਜ ਉਹਨਾਂ ਨੂੰ ਭੰਡ ਰਹੇ ਆ। ਸਭ ਤੋਂ ਪਹਿਲਾਂ ਪੰਜਾਬ ਦੇ ਲੋਕ NRI ਨੂੰ ਬੜਾ ਸਤਿਕਾਰ ਦਿੰਦੇ ਸੀ ਜਦੋਂ ਵੀ ਪਿੰਡ ਦੇ ਵਿੱਚ ਕੋਈ ਕੰਮ ਹੋਣਾ ਜਾਂ ਪੰਜਾਬ ਦੇ ਵਿੱਚ ਆਉਣਾ ਜਾਂ ਪੰਜਾਬ 'ਤੇ ਕਿਸੇ ਵੀ ਸਮਾਜ 'ਤੇ ਜਾਂ ਧਰਮ 'ਤੇ ਕੋਈ ਆਫਤ ਆਉਣੀ ਤਾਂ NRI ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਸੀ ਜਿੱਥੇ ਵਿੱਚ ਮਿਲੀਅਨ ਪਾਉਂਡ ਜਾਂ ਮਿਲੀਅਨ ਡਾਲਰ ਇਕੱਠੇ ਕਰਕੇ ਪੰਜਾਬ ਲਈ ਭੇਜਦੇ ਸੀ ਕਿਉਂਕਿ ਪੰਜਾਬ ਦੇ ਵਿੱਚ NRI ਵੀਰਾਂ ਦਾ ਦਿਲ ਧੜਕਦਾ ਸੀ, ਦਿਲ ਧੜਕਦਾ ਹੈ ਅਤੇ ਦਿਲ ਧੜਕਦਾ ਰਹੇਗਾ। ਪਰ ਜਦੋਂ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਆਈ ਤਾਂ ਪੰਜਾਬ ਦੇ ਵਿੱਚ ਬਹੁਤ ਛੋਟੀ ਸੋਚ ਵਾਲੇ ਲੋਕ NRI ਨੂੰ ਬੜੀ ਮਾੜੀ ਅੱਖ ਨਾਲ ਦੇਖਣਾ ਸ਼ੁਰੂ ਕਰਨ ਲੱਗ ਪਏ, ਜਿਹੜੇ ਕਹਿੰਦੇ ਸਨ ਕਿ ਜੇ ਕੋਰੋਨਾ ਵਾਇਰਸ ਵਧਿਆ ਤਾਂ ਇਹ NRI ਦੇ ਬਦੌਲਤ ਵਧਿਆ। ਪਰ ਹਮੇਸ਼ਾ ਹੀ NRI ਦੇ ਹੱਕ ਵਿੱਚ ਗੱਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਸਰਜੀਤ ਸਿੰਘ ਲਵਾਣਾ ਜੋ NRI ਦੀ ਇੱਕ ਸੰਸਥਾ ਵੀ ਚਲਾਉਂਦੇ ਆ, ਉਹਨਾਂ ਦੀ ਮਦਦ ਵੀ ਕਰਦੇ ਆ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਇਸ ਮਸਲੇ 'ਤੇ ਉਹ ਕੀ ਕਹਿਣਾ ਚਾਹੁੰਦੇ ਆ। ਪਰ ਜਿਹੜਾ NRI ਇੰਨੀ ਮਦਦ ਕਰਦੇ ਆ, ਪੰਜਾਬ ਦੇ ਲਈ ਸੋਚਦੇ ਆ, ਪਿੰਡਾਂ ਲਈ ਸੋਚਦੇ ਆ, ਲੋਕਾਂ ਲਈ ਸੋਚਦੇ ਆ, ਪਰ ਜਿਹੜੇ ਪੰਜਾਬ ਦੇ ਲੋਕ ਇਹ ਇਲਜ਼ਾਮ ਲਾ ਰਹੇ ਸੀ, ਅੱਜ ਵੀ ਲਾ ਰਹੇ ਆ ਵੀ NRI ਕਾਰਨ ਸਾਡੇ ਪੰਜਾਬ ਗੰਧਲਾ ਹੋ ਗਿਆ, NRI ਦੇ ਕਰਕੇ ਸਾਡੇ ਪੰਜਾਬ ਵਿੱਚ ਕਰੋਨਾ ਆਇਆ, ਉਸ 'ਤੇ ਕੀ ਕਹੋਗੇ? ਤਗੜ ਸਾਹਿਬ, ਤੁਹਾਡਾ ਅਤੇ ਤੁਹਾਡੀ ਸਾਂਝ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ NRI ਭਰਾਵਾਂ ਦੇ ਇਸ ਮਸਲੇ ਦੇ ਉੱਤੇ ਉਹਨਾਂ ਦੇ ਨਾਲ ਖੜਨ ਦੀ ਜਿਹੜੀ ਵਚਨਬੱਧਤਾ ਦੁਹਰਾਈ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਕਰੋਨਾ ਵਾਇਰਸ ਫੈਲਿਆ ਇਹ ਬਲਦੇਵ ਸਿੰਘ ਪਠਲਾਵੇ ਵਾਲੇ ਤੋਂ ਜਿੱਥੋਂ ਸ਼ੁਰੂ ਹੋਇਆ, ਜਿੱਥੋਂ ਇੱਕ ਵੇਵ ਚੱਲੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਣਾ ਖਣਾ ਹੀ NRI ਦੇ ਖਿਲਾਫ਼ ਪੋਸਟ ਪਾਉਣ ਲੱਗ ਪਿਆ। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਬਲਦੇਵ ਸਿੰਘ ਪਠਲਾਵੇ ਵਾਲਾ ਸੀ ਉਹ NRI ਨਹੀਂ ਸੀ, ਉਹ ਇੱਕ ਟੂਰਿਸਟ ਵੀਜ਼ੇ 'ਤੇ ਜਾ ਕੇ ਉੱਥੇ ਜਾ ਕੇ ਰੂਟੀਨ ਦੇ ਵਿੱਚ ਜਿੱਦਾਂ ਆਪਾਂ ਜਾਂਦੇ ਹਾਂ ਡਾਲਰ ਕਮਾਉਣ ਲਈ। ਜਿਹੜੀ ਗੱਲ ਦੂਜੀ ਗੱਲ ਹੈ ਕਿ NRI ਦੇ ਉੱਤੇ ਲੋਕਾਂ ਨੇ ਇਲਜ਼ਾਮ ਲਾਏ, ਐਕਚੁਅਲੀ ਸਾਡੇ ਲੋਕ ਕਿਰਤਕਨ ਟਾਈਪ ਦੇ ਹੋ ਚੁੱਕੇ ਆ। ਇਹ ਭੁੱਲ ਗਏ ਕਿ ਪਿਛਲੇ 70 ਸਾਲ ਤੋਂ ਜਿਹੜੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ, ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ NRI ਭਰਾ ਉਹ ਭਰਾ ਹੈ ਜਿਹੜੇ ਪਿਛਲੇ 70 ਸਾਲ ਤੋਂ ਲਗਾਤਾਰ 16-16 18-18 ਘੰਟੇ ਹੱਡ ਤੋੜ ਵੀ ਮਿਹਨਤ ਕਰਦੇ ਆ। ਉਹਦੇ ਵਿੱਚੋਂ ਵੀ ਕੋਈ ਆਪਣਾ ਦਸਵੰਧ ਜਾਂ ਕੋਈ ਆਪਣੇ ਪਿੰਡ ਲਈ, ਸਕੂਲ ਲਈ, ਲਾਇਬ੍ਰੇਰੀ ਲਈ, ਗੁਰਦੁਆਰੇ ਲਈ, ਹਰ ਉਸ ਮੁਕਾਮ ਲਈ ਜਿਹਦੇ ਨਾਲ ਪੰਜਾਬੀਆਂ ਦਾ ਪਲਾ ਉਸ ਕੇ ਕੱਢਦੇ ਆ। ਤੋ ਮੈਂ ਸਮਝਦਾ ਕਿ ਇਹ ਬੜੀ ਮੰਦਭਾਗੀ ਘਟਨਾ ਸੀ ਜਿਹੜੀ ਸੋਸ਼ਲ ਮੀਡੀਆ 'ਤੇ ਚੱਲੀ। ਸੋ ਇਹਦੇ ਵਿੱਚ ਮੈਂ ਦੂਜੀ ਗੱਲ ਇਹ ਵੀ ਜੋੜਨੀ ਚਾਹੁੰਦਾ ਨਾਲ ਹੀ ਕਿ ਜਿਹੜੀ ਸਾਡੇ ਲੀਡਰਸ਼ਿਪ ਹੈ, ਮੈਂ ਵਾਰ ਵਾਰ ਆਪਣੀ ਸੋਸ਼ਲ ਮੀਡੀਆ 'ਤੇ ਵੀ ਬੇਨਤੀ ਕਰਦਾ ਹੁੰਦਾ ਕਿ NRI ਦੇ ਡਾਲਰ ਸਾਰਿਆਂ ਨੂੰ ਚੰਗੇ ਲੱਗਦੇ ਆ ਪਰ NRI ਕਿਸੇ ਨੂੰ ਚੰਗੇ ਨਹੀਂ ਲੱਗਦੇ। ਅਤੇ ਸਾਡੀ ਲੀਡਰਸ਼ਿਪ ਹੈ ਉਹਦੀ ਇਸ ਐਪੀਸੋਡ ਦੇ ਵਿੱਚ ਜਿਹੜੀ ਭੂਮਿਕਾ ਸੀ ਉਹ ਬਹੁਤ ਹੀ ਨਿੰਦਣਯੋਗ ਸੀ। ਕਿਸੇ ਨੇ ਵੀ ਉਹਨਾਂ ਲਈ ਬਾਂਹ ਫੜਨ ਦੀ ਬਜਾਏ ਉਲਟਾ ਉਹਨਾਂ ਨੂੰ ਭੰਡਣ ਤੁਰ ਪਏ। ਸੋ ਮੈਂ ਸੋਚਦਾ ਕਿ NRI ਭਰਾਵਾਂ ਨੂੰ ਇਸ ਚੀਜ਼ ਨੂੰ ਇਗਨੋਰ ਵੀ ਕਰਨਾ ਚਾਹੀਦਾ। ਪਰ ਭਾਈ, ਜਦੋਂ NRI ਪੈਸੇ ਭੇਜਦੇ ਆ, ਚਾਹੇ ਲੀਡਰਾਂ ਦੀ ਗੱਲ ਕਰ ਲਈਏ, ਚਾਹੇ ਬਾਬਿਆਂ ਦੀ ਗੱਲ ਕਰ ਲਈਏ, ਚਾਹੇ ਕੋਈ ਵੀ ਪਿੰਡੋਂ ਆਮ ਬੰਦਾ ਫੋਨ ਕਰ ਦਿੰਦਾ ਵੀ ਭਾਈ ਸਾਹਿਬ ਸਾਨੂੰ ਇੱਥੇ ਲੋੜ ਪੈ ਗਈ, ਉਹ ਧੜਾ ਧੜ ਪੈਸੇ ਭੇਜਦੇ ਸੀ, ਅੱਜ ਵੀ ਭੇਜ ਰਹੇ ਆ। ਹੁਣ ਵੀ ਜਦੋਂ ਗੱਲ ਚਾਹੇ ਹਜ਼ੂਰ ਸਾਹਿਬ ਤੋਂ ਜਿਹੜੇ ਸੰਗਤ ਆਈ ਆ ਉਹਨਾਂ ਦੇ ਸ਼ਰਧਾਲੂਆਂ ਦੀ ਗੱਲ ਹੋਈ ਤਾਂ ਇੰਗਲੈਂਡ ਦੀ ਸੰਗਤ ਨੇ ਵੱਡਾ ਐਲਾਨ ਕੀਤਾ ਵੀ ਜੇਕਰ ਪੰਜਾਬ ਸਰਕਾਰ ਤੋਂ ਨਹੀਂ ਇਹਨਾਂ ਦਾ ਦੇਖਭਾਲ ਹੁੰਦੀ, ਅਸੀਂ ਸਾਰਾ ਖਰਚਾ ਚੱਕਣ ਲਈ ਤਿਆਰ ਹਾਂ। ਅੱਜ ਵੀ ਉਹੀ ਪੰਜਾਬੀ ਜਿਹੜੇ ਸਾਡੇ ਪੰਜਾਬ ਦੇ ਲੋਕ ਕਰੋਨਾ ਪੋਜ਼ਿਟਿਵ ਨਾਲ ਪੀੜਤ ਆ ਉਹਨਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਆ, ਤਾਂ ਫਿਰ ਲੋਕਾਂ ਦੀ ਮਾੜੀ ਸੋਚ ਕਿਉਂ? ਇਹਦੇ ਲਈ ਮੈਂ ਸਮਝਦਾ ਕਿ ਸਾਡੀ ਲੀਡਰਸ਼ਿਪ ਜ਼ਿੰਮੇਵਾਰ ਹੈ। ਤੁਹਾਨੂੰ ਯਾਦ ਆਏਗਾ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇਲਜ਼ਾਮ ਲਾਇਆ ਸੀ ਕਿ ਅਕਾਲੀ ਅਤੇ ਕਾਂਗਰਸੀ ਰਲੇ ਹੋਏ ਆ। ਮੈਂ ਸੋਚਦਾ ਸੀ ਕਿ ਇਹ ਸਿਰਫ ਚੰਡੀਗੜ੍ਹ ਦਾ ਸਿੰਘਾਸਨ ਖੋਹਣ ਲਈ ਲੜੇ ਹੋਏ ਆ, ਪਰ ਮੈਨੂੰ ਹੁਣੇ ਜਦੋਂ ਹਜ਼ੂਰ ਸਾਹਿਬ ਤੋਂ ਸੰਗਤ ਆਈ, ਤੁਹਾਨੂੰ ਯਾਦ ਆਏਗਾ ਕਿਸੇ ਸੰਗਤ ਨੇ ਵੀਡੀਓ ਪਾ ਕੇ ਇਹ ਗੱਲ ਨਹੀਂ ਕਹੀ, ਔਰ ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਜੀ ਨੇ ਵੀ ਇਹ ਗੱਲ ਵਾਰ ਵਾਰ ਕਹੀ ਕਿ ਹਜ਼ੂਰ ਸਾਹਿਬ ਦੇ ਵਿੱਚ ਕਿਸੇ ਨੂੰ ਕੋਈ ਤੰਗੀ ਨਹੀਂ ਹੈ, ਬਕਾਇਦਾ ਉਹਨਾਂ ਨੂੰ ਰਾਸ਼ਨ, ਮੈਡੀਕਲ ਫੈਸਿਲਿਟੀ ਔਰ ਰਹਿਣ ਦੀ ਫੈਸਿਲਿਟੀ ਪ੍ਰੋਪਰ ਦਿੱਤੀ ਜਾ ਰਹੀ ਹੈ। ਪਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਆਪਣੀ ਸਿਆਸਤ ਚਮਕਾਉਣ ਖਾਤਰ ਪੂਰੇ ਪੰਜਾਬ ਨੂੰ, ਉਹ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਨੇ, ਇਹਨਾਂ ਦੋਵਾਂ ਨੇ ਆਪਣੀ ਸਿਆਸਤ ਨੂੰ ਚਮਕਾਉਣ ਦੀ ਖਾਤਰ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਂਦਾ, ਔਰ ਰਸਤੇ ਦੇ ਵਿੱਚ
पता नहीं कि करोना बढ़ गया जो उतों जो टैसट होकर तुरे किसी बंद करोना नहीं सी इतने आंदियां करोना हो गया। मैनू लगता है कि दो परिवार जोड़े पंजाबीयत को बदनाम करन दे उत्ते तुले होया होर कोई गल नहीं हैगी। कोई करोना नहीं, कोई आम लोगों नफरत नहीं, इन्हां लोगों के जिहड़े करिंदे आ, इन्हां लोगों के वर्कर आ, इन्हां लोगों के हाथ टोके आ, जिन्हां जिन्हां दी रोजी रोटी इन्हां दे सिर ते चलदी है, वह सारियां साजिशां कर रहा पंजाबियों नूं एनआरआईयां नूं पंजाब दे लोगों नालों दूर करन लई। ਭਾਵੇਂ ਅਸੀਂ ਕਾਂਗਰਸ ਦੇ ਲੀਡਰ ਦੀ ਵੀ ਗੱਲ ਕਰ ਲਈਏ, ਉਹਨਾਂ ਦਾ ਬਿਆਨ ਆਇਆ ਵੀ NRA ਚੱਪਰ ਕੇ ਅੰਦਰ ਵੜ ਜਾਂ ਜੇ ਨਹੀਂ ਵੜਦੇ ਅਸੀਂ ਪਰਚੇ ਦੇਵਾਂਗੇ ਵੀ ਤੁਹਾਨੂੰ ਅਸੀਂ ਬਾਹਰ ਨਹੀਂ ਨਿਕਲ ਦੇਣਾ ਕਰੋਨਾ ਦੇ ਕਰਕੇ। ਬੜੇ ਸਖਤ ਸ਼ਬਦ ਵਰਤੇ ਗਏ, ਚਲੋ ਇਹ ਬਿਮਾਰੀ ਆ ਅਸੀਂ ਮੰਨ ਸਕਦੇ ਹਾਂ ਵੀ ਉਹਨਾਂ ਨੂੰ ਕਹਿਣਾ ਚਾਹੀਦਾ, ਪਰ ਆਪਾਂ ਪੋਲਾਈਟਲੀ ਵੀ ਕਹਿ ਸਕਦੇ ਵੀ ਤੁਸੀਂ ਇੰਨਾ ਚਿਰ ਕੁਆਰੰਟਾਈਨ ਰਹੋ, ਤੁਸੀਂ ਧਿਆਨ ਰੱਖੋ। ਬੜੇ ਮਾੜੇ ਸ਼ਬਦ ਸੀ, ਜਾਣੀ ਕਿ ਕਿਸੇ ਨੌਕਰਾਂ ਨਾਲ ਵੀ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੀ ਜਾ ਸਕਦੀ, ਜਿਸ ਤੋਂ ਬਾਅਦ NRI ਵੀਰਾਂ ਦੇ ਠੇਸ ਵੀ ਪਹੁੰਚੀ ਆ। ਅਤੇ ਆਖਿਰ ਦੇ ਵਿੱਚ ਤੁਸੀਂ NRI ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਸਾਧੂ ਸਿੰਘ ਧਰਮਸੋਤ ਜੀ ਦਾ ਇੱਕ ਬਿਆਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ NRI ਲੋਕਾਂ ਦੇ ਪਾਸਪੋਰਟ ਕੈਂਸਲ ਕੀਤੇ ਜਾਣਗੇ। ਤੁਸੀਂ ਸ਼ਾਇਦ ਜਾਣਦੇ ਹੋਵੋਗੇ ਤੱਕੜ ਸਾਹਿਬ ਕਿ ਜਿਹੜੀ ਪਾਸਪੋਰਟ ਇਸ਼ੂ ਕਰਨ ਦੀ ਅਥਾਰਟੀ ਹੈ ਨਾ ਤਾਂ ਪੰਜਾਬ ਕੋਲ ਆ ਨਾ ਹੀ ਕੇਂਦਰ ਕੋਲ ਆ। ਜਿਹੜੇ NRI ਹੈ ਉਹ ਜਾਂ ਕੈਨੇਡਾ ਦੇ, ਅਮੈਰੀਕਾ ਦੇ, ਇਹ ਉਹਨਾਂ ਦੇ ਦੇਸ਼ਾਂ ਦਾ ਫੈਸਲਾ ਆ। ਔਰ ਤੁਸੀਂ ਜਾਣ ਕੇ ਹੈਰਾਨ ਵੀ ਹੋਵੋਗੇ ਅੱਜ ਵੀ ਉਹਨਾਂ ਦੇਸ਼ਾਂ ਦੇ ਲੋਕ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਇੱਥੋਂ ਜਹਾਜ਼ ਭੇਜ ਰਹੇ ਆ ਅਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕਰ ਰਹੇ ਆ। ਜਿੱਥੇ ਇੱਕ ਪਾਸੇ ਸਾਡੇ ਹਜ਼ੂਰ ਸਾਹਿਬ ਤੋਂ ਜਿਹੜੀ ਸੰਗਤ ਆਈ, ਆਪਣੇ ਪੰਜਾਬੀ ਭਰਾ ਆ, ਅਸੀਂ ਉਹਨਾਂ ਨਾਲ ਹੀ ਨਫ਼ਰਤ ਕਰਨ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਉੱਥੇ ਦੂਜੇ ਪਾਸੇ ਉਹਨਾਂ ਦੇਸ਼ਾਂ ਦੀ ਸੋਚ ਦੇਖੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੈਸ਼ਲ ਟਵੀਟ ਕਰਕੇ, ਫੋਨ ਕਰਕੇ ਥੈਂਕ ਯੂ ਕੀਤਾ ਕਿ ਤੁਸੀਂ ਸਾਡੇ ਦੇਸ਼ ਦੇ ਨਾਗਰਿਕ ਏਅਰਪੋਰਟ ਤੱਕ ਪਹੁੰਚਾਏ। ਇਹ ਸੋਚ ਦਾ ਫਰਕ ਹੈ ਜਿਹੜੇ ਸਾਡੇ ਲੋਕਾਂ ਦੀ ਸੋਚ ਅਤੇ ਉਹਨਾਂ ਲੋਕਾਂ ਦੀ ਸੋਚ। ਮੈਂ ਵਾਰ ਵਾਰ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ NRI ਭਰਾ ਉਹ ਲੋਕ ਹੈ ਜਿਹੜੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਕਰਦੇ, ਹੋਰ ਉਹਨਾਂ ਨੇ ਇੱਥੋਂ ਲੈਣਾ ਕੁਛ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹ ਚੰਗੇ ਦੇਸ਼ਾਂ 'ਚ ਰਹਿ ਰਹੇ ਆ। ਉਹਨਾਂ ਦੀ ਇੱਕੋ ਹੀ ਸੋਚ ਹੈ ਕਿ ਜਿੱਦਾਂ ਉਹ ਉਹਨਾਂ ਦੇਸ਼ਾਂ ਵਧੀਆ ਦੇਸ਼ਾਂ 'ਚ ਰਹਿ ਗਿਆ, ਪੰਜਾਬ ਨੂੰ ਵੀ ਉੱਦਾਂ ਦਾ ਹੀ ਵਧੀਆ ਬਣਾਇਆ ਜਾ ਸਕੇ। ਧੰਨਵਾਦ। ਬਿਲਕੁਲ, ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਜਿਹੜੇ ਲੋਕ NRI-ਆਂ ਨੂੰ ਭੰਡ ਰਹੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਉਹ ਬਗੈਰਤ ਲੋਕ ਆ ਜੋ ਇੱਕ ਉਹਨਾਂ ਤੋਂ ਮਦਦ ਲੈ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੰਜਾਬ ਨੂੰ ਵਧੀਆ ਕਰਕੇ, ਪਿੰਡਾਂ ਨੂੰ ਵਧੀਆ ਕਰਕੇ ਅੱਜ ਉਹਨਾਂ ਨੂੰ ਭੰਡ ਰਹੇ ਆ। ਇਹ ਬਹੁਤ ਹੀ ਮਾੜੀ ਅਤੇ ਸ਼ਰਮਨਾਕ ਗੱਲ ਆ, ਪਰ ਸਾਨੂੰ ਆਪਣੇ ਆਪ ਨੂੰ ਬਚਾਉਣ ਦੇ ਲਈ, ਚਾਹੇ ਸ਼੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਆਏ ਹੋਣ, ਚਾਹੇ ਹਿੰਦੂ ਸਮਾਜ ਹੋਵੇ, ਚਾਹੇ ਮੁਸਲਿਮ ਹੋਵੇ, ਚਾਹੇ ਸਿੱਖ ਹੋਵੇ, ਬਿਮਾਰੀ ਕਿਸੇ ਨੂੰ ਦੇਖ ਕੇ ਨਹੀਂ ਲੜ ਆਉਣੀ। ਸਾਨੂੰ ਬਿਮਾਰੀ ਨਾਲ ਲੜਨਾ ਚਾਹੀਦਾ, ਨਾ ਕਿ ਬਿਮਾਰ ਬੰਦੇ ਨਾਲ ਲੜਨਾ ਚਾਹੀਦਾ। ਕੈਮਰਾਮੈਨ ਪ੍ਰੇਮ ਚਾਚੋਗੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV ਪਵਾੜਾ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।